ਤੇ ਹੈਲੋ ਗਾਇਸ, ਵੈਲਕਮ ਟੂ ਮਾਈ ਚੈਨਲ। ਹੋਪ ਕਰਦਾ ਗਾਇਸ ਤੁਸੀਂ ਸਾਰੇ ਵਧੀਆ ਹੋ ਗਏ। ਤੇ ਗਾਇਸ ਅੱਜ ਦਾ ਵਲੋਗ ਯਾਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਯਾਰ। ਟਾਈਮ ਹੋ ਚੁੱਕਿਆ 3 ਵੱਜ ਗਿਆ ਤੇ ਗਾਇਸ ਅੱਜ ਚੱਲਿਆ ਫਿਲਮ ਵੇਖਣ। ਫਿਲਮ ਕਿਹੜੀ ਵੇਖਣ ਚੱਲੇ? ਸ਼ੂਟਰ, ਕਿਉਂਕਿ ਯਾਰ ਬਹੁਤ ਜਾਣਿਆਂ ਨੇ ਤੁਸੀਂ ਕਹਿੰਦੇ ਹੋਣੇ ਕਿ ਵੇਖ ਲਈ ਆ, ਪਰ ਯਾਰ ਮੈਂ ਵੀ ਪੂਰੀ ਵੇਖ ਲਈ। ਪਰ ਆਪਾਂ ਕਹਿੰਦੇ ਆ ਕਿ ਉਹ 'ਚ ਜਿਹੜੇ ਸੀਨ ਬਹੁਤ ਜ਼ਿਆਦਾ ਚੇਂਜ ਹੋਏ ਆ, ਹੁਣ ਤਾਂ ਯਾਰ ਵੇਖ ਕੇ ਪਤਾ ਲੱਗਣਾ ਵਾ। ਮੈਂ ਇੱਕ ਚੱਲਾਂ, ਮੰਨਾ ਚੱਲਾ ਵਾ ਨਾਲ ਯਾਰ, ਚੱਲਾ ਗੋਪੀ, ਚੱਲੀਏ ਫਿਰ। ਤੈਨੂੰ ਵੀ ਲੱਗਦਾ ਚੇਂਜ ਹੋਈ ਕਿ ਸੇਮ ਹੀ ਹੈ? ਕਹਿੰਦੇ ਆ ਕਿ ਚੇਂਜ ਹੋਈ ਅੱਗੋਂ, ਵੇਖੋ ਜਾ ਕੇ ਪਤਾ ਲੱਗੂ। ਆਹੋ ਤੇ ਯਾਰ ਜਾ ਕੇ ਪਤਾ ਲੱਗੇਗਾ। ਆਪਾਂ ਚੱਲੇ PVR ਵੇਖਣ। ਕਿੰਨੇ? 3:40 ਦਾ ਆਪਣਾ ਸ਼ੋਅ, 3 ਤੇ ਵੱਜ ਗਏ ਆ। 3:15 ਭੀੜ ਬਹੁਤ ਜ਼ਿਆਦਾ। ਆਪਾਂ ਜਿੱਧਰੋਂ ਜਾਣਦੇ, ਕਿਉਂਕਿ ਅੱਜ ਹੈਗਾ ਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰਪੁਰਬ। ਮੇਰੇ ਵੱਲੋਂ ਸਾਰਿਆਂ ਨੂੰ ਯਾਰ ਬਹੁਤ ਬਹੁਤ ਮੁਬਾਰਕਾਂ ਵੇ, ਤੇ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਗਲੀਆਂ ਗਲੀਆਂ ਸਾਡੀ ਚੱਲਦੇ ਆ ਜਲਦੀ ਜਲਦੀ। 3:40 ਦਾ ਸ਼ੋਅ ਆ ਤੇ ਮੰਨੇ ਚੱਲੀਏ ਫਿਰ। ਚੱਲੀਏ ਗੋਪੀ ਜਲਦੀ ਜਲਦੀ, ਹੁਣ ਤੁਹਾਨੂੰ ਸਿੱਧਾ ਜਾ ਕੇ PVR ਮਿਲਦੇ ਆ, ਸਾਨੂੰ ਰਾਹ ਵੀ ਨਹੀਂ ਲੱਭਣ ਦੇ ਅੱਜ। ਗੱਡੀ ਮੈਂ ਇੱਥੇ ਲਾਈ ਸੀ ਗੋਪੀ, ਥੋੜਾ ਡਰ ਗਿਆ ਕਿ ਕਹਿੰਦਾ ਗੱਡੀ ਚੁੱਕੀ ਨਾ ਜਾਵੇ, ਤੇ ਥੋੜੀ ਅੱਗੇ ਕਰਨ ਲੱਗਾ। ਟਿਕਟਾਂ ਜੇ ਕਰਾਈ ਆੜੀ 3:40 ਦਾ ਸ਼ੋਅ, 3:41 ਹੋ ਗਏ ਜੇ, ਤੇ ਮੰਨੇ ਤੇਰੇ ਹਿਸਾਬ ਨਾਲ ਚਾਲੂ ਹੋ ਗਈ ਨੀ? ਮੈਨੂੰ ਕੀ ਪਤਾ ਭਰਾ, ਹੁਣ ਸੁਪਨਾ ਦੋਨਾ। ਹਾਂ ਐਡ ਊਡ ਲੱਗੀ ਨੀ ਹਨਾ, ਦੇ ਲੈਨੇ ਜਾ ਕੇ ਭਰਾ, ਕੀ ਬਸ ਚੋਰੀ ਨਾ ਹੋਈ ਹੋਵੇ। ਆਹੋ ਹੁਣੇ ਸਾਨੂੰ ਭਾਈ ਮਿਲੇ ਸੀ, ਮਤਲਬ ਕਿ ਜਾਣਦੇ ਸ਼ੁਰੂ ਤੋਂ। ਉਹ ਸ਼ੂਟਰ ਵੇਖ ਕੇ ਆਏ, ਕਹਿੰਦੇ ਕਿ ਸੀਨ ਬਾਹਰੋਂ ਕਹੀ ਜਾਂਦੇ ਕਿ ਨਵੇਂ ਆ, ਪਰ ਕਹਿੰਦੇ ਸੀਨ ਉਹ ਹੀ ਆ। ਪਰ ਯਾਰ ਜੋ ਥੀਏਟਰ 'ਚ ਵੇਖਣ ਦਾ ਮਜ਼ਾ ਥੀਏਟਰ 'ਚ ਹੀ ਆ, ਕਿਉਂਕਿ ਇੰਨੇ ਵੀ ਹਜੇ ਤੱਕ ਵੇਖੀ, ਗੋਪੀ ਨੇ ਵੀ ਅੱਧੀ ਵੇਖੀ, ਮੈਂ ਵੇਖ ਲਈ। ਪਰ ਜੋ ਯਾਰ ਥੀਏਟਰ 'ਚ ਵੇਖਣ ਦਾ ਮਜ਼ਾ ਨਾ, ਉਹ ਮਜ਼ਾ ਉੱਥੇ ਹੀ ਆ ਥੀਏਟਰ 'ਚ, ਤਾਂ ਕਰਕੇ ਵੇਖਦੇ ਆ। ਜਾਣੇ ਵੇਖਦੇ, ਕਿੰਨੇ ਕੁ ਜਾਣੇ ਵੇਖਦੇ ਪਏ ਆ, ਕਿਉਂ ਵੀ ਯਾਰ ਭਾਈ ਕਹਿੰਦੇ ਕਿ ਸਾਰਾ ਥੀਏਟਰ ਖਾਲੀ ਫਿਰ ਪਈ ਗਏ। ਚਲੋ ਵੇਖਦੇ ਆ ਜਾ ਕੇ। ਮੀਂਹ ਪਿਆ ਵੇਖੋ ਯਾਰ, ਚਿੱਕੜ ਚਿੱਕੜ ਹੋਇਆ ਪਿਆ ਜੀ, ਉੱਧਰੋਂ ਜਾਣਾ ਪੈਣਾ ਉਹਨੇ। ਜਲਦੀ ਜਲਦੀ ਟਿਕਟਾਂ ਲਈਏ ਜਾ ਕੇ, ਕਿਉਂ ਗੋਪੀ? ਵੀ ਹੁਣ ਪਿੱਛੇ ਪੈ ਗਿਆ ਮੇਰੇ, ਕਹਿੰਦਾ ਸਪਾਈਡਰਮੈਨ ਵੇਖ ਲੈਂਦੇ ਹਾਂ, ਪਰ ਮੈਂ ਕਿਹਾ ਜਿਹੜੀ ਘਰੋਂ ਵੇਖ ਕੇ ਆਏ ਉਹ ਵੇਖਣੀ ਹੈ। ਰੁਮਾਲ ਯਾਰ, ਤਿੰਨਾਂ ਕੋਈ ਰੁਮਾਲ ਹੈਗਾ ਨਾ ਮੰਨੇ, ਉੱਤੋਂ ਮਾਕਸ ਵੇਖ ਲੈਂਦੇ, ਕੋਈ ਗੱਲ ਨੀ, ਉਹ ਇੱਥੋਂ ਪਾ ਲਾ, ਅੰਦਰੋਂ ਲਾ ਦਾ। ਇੱਧਰ ਆਪਣੀਆਂ ਟਿਕਟਾਂ ਹੁੰਦੀਆਂ ਪਈਆਂ, ਟਿਕਟਾਂ ਆਪਣੀਆਂ ਹੋ ਗਈਆਂ ਜੀ। ਤੇ ਯਾਰ ਜੇ ਤੁਸੀਂ ਕੋਂਬੋ ਵਾਲੀ ਕਰਾਓਗੇ, ਉਹ ਤੁਹਾਨੂੰ 270 ਦੀ ਪਏਗੀ, ਉਹਦੇ ਨਾਲ ਯਾਰ ਤੁਹਾਨੂੰ ਪੋਪਕੋਰਨ ਮਿਲੋਗੇ ਹਨਾ। ਪਰ ਆਪਾਂ ਕਰਾਈ ਦੂਜੀ, ਆਪਾਂ ਬਾਹਰ ਖਾਵਾਂਗੇ, ਆਪਾਂ ਕਰਾਈ 200 ਵਾਲੀ। ਯਾਰ ਦੋ ਭਾਈ, ਹਾਂਜੀ ਆਪਣੀ ਟਿਕਟ ਹੋ ਚੁੱਕੀ ਆ, ਤੇ ਭਾਈ ਕਹਿੰਦੇ ਵੈਸੇ ਯਾਰ 10-15 ਮਿੰਟ ਲੱਗਦੇ ਸਟਾਰਟ ਹੋ ਲੱਗਿਆ, ਤੇ ਟਿਕਟ ਨਹੀਂ ਹੋਈ, ਉਹਨਾਂ ਨੇ ਫੋਟੋ ਖਿੱਚ ਕੇ ਦੇ ਦਿੱਤੀ ਆ, ਤੇ ਕਹਿੰਦੇ ਅੰਦਰ ਵਿਖਾ ਦਿਓ। ਲਾ ਲਓ ਸੈਨੀਟਾਈਜ਼ਰ, ਮੰਨੇ ਨੇ ਸੈਨੀਟਾਈਜ਼ਰ ਵੀ ਲਾ ਲਿਆ ਜੀ। ਚਲੋ ਚਲੋ ਭੱਜੋ, ਕਹਿੰਦੇ ਮੁੰਡੇ ਭੱਜੋ ਜਲਦੀ, ਚੱਲ ਜਾਣੀ ਫਸਟ ਫਲੋਰ ਹੈ। ਫਸਟ ਫਲੋਰ 'ਤੇ ਹੈ ਕਿੱਥੇ ਆਪਣੀ ਸਕਰੀਨ ਵਨ ਕਿੱਧਰ ਲੱਭੋ, ਕਿਹੜੀ ਇੱਧਰ ਹੀ ਪਏ ਹਿਸਾਬ ਨਾਲ ਕਿ ਉੱਤਲੇ ਆ, ਉੱਤੇ ਮੇਰੇ ਹਿਸਾਬ ਨਾਲ। ਫਿਲਮ ਸਾਡੀ ਸ਼ੁਰੂ ਲੱਗੀ, ਸਾਨੂੰ VIP ਸੀਟ ਮਿਲਣੀ ਆ, ਅੰਦਰ ਜਾ ਕੇ ਤੁਹਾਨੂੰ ਵਿਖਾਉਂਦੇ ਆਪਣਾ ਇੱਕ ਜੇ ਕਿਹੜੀ ਆ ਇੱਧਰ ਆ ਭੱਜੋ, 3:53 ਹੋ ਗਏ ਜੀ। ਹਾਂ ਹੋਈ ਆ ਆਪਣੀ, ਚੱਲ ਯਾਰ ਸਟਾਰਟ ਹੋਈ ਹੋਈ ਆਉਂਦਿਆਂ ਨੂੰ ਬਹਿ ਜਾ, ਬੰਦੇ ਲਾ ਦੇ ਭਰਾ, ਹੁਣ ਲਾ ਦੇ ਮੈਨੂੰ ਤਾਂ ਪਹਿਲੀ ਤਕੜੀ ਜੀ ਹੋ ਗਿਆ, ਮਜ਼ਾ ਆਉਂਦਾ ਵਾ ਹੈ, ਮਾਨਾ ਪੂਰਾ ਹੱਸਣ ਦਿਆ ਜੀ। ਇੱਧਰ ਆਪਣਾ ਬੰਦਾ ਮਾਰੀ ਸੀੜੀ, ਸੀੜੀ ਮਾਰ ਮਾਰ ਤੂੰ ਵੈਸੇ ਮਾਰ। ਲਓ ਜੀ ਇੰਟਰਵੈਲ ਹੋ ਗਿਆ ਜੀ, ਜਾਗੀਆਂ ਬੱਤੀਆਂ। ਹਾਂ ਮੰਨੇ ਕਿੱਦਾਂ ਦਾ ਰਿਹਾ ਫਿਰ? ਘੈਂਟ ਸੀ, ਵਧੀਆ ਪੂਰੀ ਯਾਰ ਐਂਡ ਸੀ, ਪਰ ਯਾਰ ਸੀਨ ਉਹ ਸਾਰੇ ਤੂੰ ਤੇ ਪਹਿਲੇ ਹੀ ਵੇਖੀ ਨਾ, ਮਾਦੀ ਵੇਖੀ ਆ, ਉਹੀ ਉਹ ਤੱਕ ਤੇ ਉਹੀ ਆ ਹਨਾ, ਇੱਥੋਂ ਤੱਕ ਤੇ ਉਹੀ ਲੱਗੇ ਤੱਕ ਉਹੋ ਹੀ, ਮਤਲਬ ਕਿ ਜਿਹੜੀ ਆਪਾਂ ਪਹਿਲੇ ਵੀ ਵੇਖੀ ਹੋਈ ਸੀ, ਹੁਣ ਅੱਗੇ ਵੇਖਦੇ ਜੇ ਕੋਈ ਸੀਨ ਚੇਂਜ ਕੀਤੇ ਹੋਵੇ, ਬਾਹਰ ਜਾ ਕੇ ਵੇਖਦੇ ਕੁਛ ਨਾ ਕੁਛ ਖਾਂਦੇ। ਸਾਰੇ ਥੀਏਟਰ 'ਚ ਬਸ ਅਸੀਂ 3 ਜਾਣੇ ਹੈਗੇ ਜੇ, ਵੇਖ ਲਓ ਇੱਕ ਆ ਇੱਕ ਪੈਰ ਆਹ ਵੇਖ ਲਓ ਸਾਰੇ ਕਿਤੇ, ਜੇ ਤੁਹਾਨੂੰ ਕੋਈ ਵੇਖਦਾ ਹੋਵੇ ਤਾਂ ਕਮੈਂਟ ਕਰਕੇ ਦੱਸ ਦਿਓ।
ਥੱਲੇ ਕੁਛ ਖਾਣ ਪੀਣ ਵੇਚਦੇ ਕੀ ਮਾਹੌਲ ਆ ਖਾਣ ਪੀਣ ਵਾਸਤੇ ਯਾਰ ਗਏ ਸੀ ਸਮਾਨ ਲੈਣ ਪਰ ਸਾਨੂੰ ਜਿਹੜਾ ਇੱਕ ਬਰਗਰ ਬਾਹਰੋਂ ਯਾਰ ਹੁੰਦਾ ਵਾ 30-40 ਰੁਪਏ ਦਾ ਆਮ ਮਿਲ ਜਾਂਦਾ ਵਾ ਉਹੋ ਬਰਗਰ ਯਾਰ ਇੱਥੇ ਤੁਹਾਨੂੰ 200 ਰੁਪਏ ਦਾ ਮਿਲ ਜਾਂਦਾ ਵੇਖ ਕਿੰਨਾ ਬਰਗਰ ਦੱਸੀ ਯਾਰ ਪਤਾ ਹਰ ਇੱਕ ਗੱਲ ਸਿੱਧੀ ਕਰਦਾ ਨਾ ਮੈਂ ਸ਼ਰਮਾਨਾ ਨਹੀਂ ਹੁੰਦਾ ਕਿ ਕਿਉਂਕਿ ਯਾਰ ਸਾਡਾ ਇੰਨਾ ਬਜਟ ਹੀ ਨਹੀਂ ਹੈਗਾ ਤੇ ਇੰਨਾ ਬਰਗਰ ਰਵਾਂਗੇ ਯਾਰ 600 ਰੁਪਏ ਦਾ ਬਰਗਰ ਪੈ ਜਾਊਗਾ ਉਹਨੇ ਤੇ ਯਾਰ ਮਤਲਬ ਕਿ 30-40 ਆਏ ਨੇ ਤੇ ਚਲੋ ਯਾਰ ਚੱਲਦੇ ਆ ਅੰਦਰ ਉਹ ਤੇ ਨਿਕਲ ਗਿਆ ਚੱਲ ਗਈ ਪਿੱਛੇ ਜੇ ਤੇ ਆ ਥੱਲੇ ਆ ਵੀ ਯਾਰ ਹੌਲੀ ਹੌਲੀ ਆਖੋ ਉੱਤੇ ਆਈ ਜਾਂਦੀਆਂ ਜੇ ਬੜੀ ਨੀ ਹੁਣ ਯਾਰ ਆਰਾਮ ਨਾ ਪਰ ਯਾਰ ਗੋਪੀ ਦੀ ਨੀ ਚੱਲਦੀ ਗੋਪੀ ਦਾ ਧੱਕਾ VIP ਸੀਟ ਤੇ ਬਹਿ ਕੇ ਨਾ ਵੱਖਰੀ ਜੀ ਫੀਲਿੰਗ ਆਉਂਦੀ ਹੈ ਕਿਉਂ ਵੀ ਹਨਾ ਉਹਨਾਂ ਮਤਲਬ ਕਿ ਲੱਤਾਂ ਕੀਤੀਆਂ ਵਾ ਤੇ ਅੱਗੇ ਫਿਲਮ ਲੱਗੀ ਆਰਾਮ ਨਾਲ ਸੁਣ ਕਿਵੇਂ ਲੰਮੇ ਪਿਆ ਹੈ ਜੀ ਮੇਰੀ ਯਾਰ ਚੱਲਦੀ ਨੀ ਬਈ ਤੁਹਾਡੀ ਜ਼ਿੰਦਗੀ ਬਹੁਤ ਅੱਡ ਆਮ ਜ਼ਿੰਦਗੀ ਤੋਂ ਫਾਈਨਲੀ ਫਿਲਮ ਕੰਪਲੀਟ ਹੋ ਚੁੱਕੀ ਮਤਲਬ ਕਿ ਯਾਰ ਬਹੁਤ ਜ਼ਿਆਦਾ ਹੀ ਮਜ਼ਾ ਆਇਆ ਸਕਦੇ ਥੀਏਟਰ ਸਾਰਾ ਖਾਲੀ ਸੀ ਪਹਿਲੇ ਵੀ ਯਾਰ ਥੋੜ੍ਹੇ ਕੁ ਬੰਦੇ ਮਤਲਬ ਕਿ 5-6 ਜਾਣੇ ਸੀ ਅਤੇ ਆਪਾਂ ਹੈਗੇ ਸੀ ਬਾਕੀ ਸੀਨ ਯਾਰ ਐਂਡ 'ਤੇ ਥੋੜ੍ਹੀ ਜਿਹੀ ਇਮੋਸ਼ਨਲ ਜਿਹੀ ਹੋ ਗਈ ਸੀ ਮੈਂ ਇਮੋਸ਼ਨਲ ਜਿਹਾ ਹੋ ਚੁੱਕਿਆ ਸੀ ਅਤੇ ਮਤਲਬ ਕਿ ਐਂਡ 'ਤੇ ਚੀਜ਼ ਹੀ ਇਹੋ ਜਿਹੀ ਕਰਤੀ ਸੀ ਕਿ ਯਾਰ ਇਮੋਸ਼ਨਲ ਹੋਣਾ ਪੈਣਾ ਸੀ ਐਂਡ 'ਤੇ ਜੇ ਤਾਂ ਯਾਰ ਜੈਨ ਦਾ ਬਾਬਾ ਜੀ ਵੀਡੀਓ ਵੇਖਣ 'ਤੇ ਯਾਰ ਬਹੁਤ ਘੈਂਟ ਵੀਡੀਓ ਸੀ ਉਹ ਫਿਲਮ ਸੀ ਅਤੇ ਮੰਨੇ ਤੈਨੂੰ ਕਿਹੜਾ ਸੀਨ ਵਧੀਆ ਲੱਗਾ ਪੂਰਾ ਥੀਏਟਰ ਆਪਾਂ ਹੀ ਬੁੱਕ ਕਰਾਇਆ ਸੀ ਕਿਉਂਕਿ ਯਾਰ ਕੋਈ ਨੀ ਗਾ ਸੀ ਆਪਾਂ ਹੀ ਗਏ ਸਿਰਫ ਚਲੋ ਚੱਲਦੇ ਆ ਬਾਹਰ ਆ ਜਾਓ ਵੇਖੋ ਇਧਰੋਂ ਕਿੱਧਰੋਂ ਜਾਣਾ ਹੈ ਇਹਨੂੰ ਮਤਲਬ ਕਿ ਐਂ ਖੁਸ਼ ਕਰਨਾ ਫੇਰ ਭਰਾ ਪੜਿਆ ਸਾਡਾ ਬੰਦਾ ਕਿੱਥੇ ਗਿਆ ਉਹ ਆ ਗਿਆ ਜੀ ਆ ਹੀ ਗਿਆ ਵੇਖਦੇ ਗੋਪੀ ਕੋ ਖੋਲਦਾ ਗੋਪੀ ਆ ਬੂਹੇ ਨੇ ਖੋਲ ਕੇ ਵਿਖਾ ਰੁਕ ਜਾ ਇੱਕ ਮਿੰਟ ਮੈਂ ਖੋਲ ਹੀ ਜਾਣਾ ਸਾਨੂੰ ਸਮਝ ਨਹੀਂ ਲੱਗਣ ਦੀ ਐਂਡ 'ਤੇ ਦੱਸੀ ਇਮੋਸ਼ਨਲ ਸੀ ਕਿ ਨਹੀਂ ਜਦੋਂ ਨਾ ਲਿਖੀਆਂ ਸੀ ਉਹਨੇ ਉਹ ਚੀਜ਼ ਇਮੋਸ਼ਨਲ ਜਿੰਨੀ ਵੀ ਫਿਲਮ ਤੁਹਾਨੂੰ ਵਿਖਾਤੀ ਦੋ ਦਿਨ ਕਿਉਂਕਿ ਯਾਰ ਜ਼ਿਆਦਾ ਹੀ ਲਾਉਂਦੇ ਤੁਹਾਨੂੰ ਪਤਾ ਹੀ ਆ ਬਾਹਰ ਵੀ ਹਨੇਰਾ ਹੋ ਚੁੱਕਿਆ ਵਾ ਆਪਾਂ ਕੁਛ ਖਾਣ ਪੀਣ ਚੱਲਦੇ ਆ ਹਨਾ ਵੀ ਉੱਥੇ ਚੱਲਦੇ ਜਿੱਥੇ ਅੰਮ੍ਰਿਤਸਰ ਦਾ ਥੋੜ੍ਹਾ ਫੇਮਸ ਹੋਵੇ ਹਨੇਰਾ ਤੇ ਹੋ ਚੁੱਕਿਆ ਜਦੋਂ ਆਏ ਚੰਨ ਐਕਟੀਵਾ ਲੱਗੀ ਹੋਣੀ ਭਰਾ ਅੱਜ ਕਿਤੇ ਨੀ ਜਾਂਦੇ ਪੁੱਠੇ ਕੰਮ ਕਰਨ ਦੇ ਜੇ ਜਗ੍ਹਾ ਉੱਧਰ ਹੈਗੀ ਜਾਣ ਦੀ ਮੈਂ ਵੀ ਯਾਰ ਹੁਣ ਮੈਨੂੰ ਟੱਪਣਾ ਹੀ ਪੈਣਾ ਇੱਥੋਂ ਹੁਣ ਪੈਸੇ ਕਢਾ ਲਏ ਆ ਅਤੇ ਚੱਲਦੇ ਹਾਂ ਹੁਣ ਖਾਣ ਪੀਣ ਅਤੇ ਆਪਾਂ ਸੋਚਿਆ ਕਿ ਯਾਰ ਖਾਂਦੇ ਹਾਂ ਨਿਊਟਰੀ ਕੁਲਚਾ ਜਾਂ ਪਾਓ ਭਾਜੀ ਕਿਉਂਕਿ ਇੱਥੋਂ ਦੇ ਬੜੇ ਮਸ਼ਹੂਰ ਆ ਹਨਾ ਇਹ ਉੱਥੋਂ ਚੱਲਦੇ ਹਾਂ ਅਤੇ ਚਲੋ ਜਾ ਕੇ ਮਿਲਦੇ ਹਾਂ ਗਏ ਸਾ ਆਪਣਾ ਯਾਰ ਕੁਲਚਾ ਆ ਚੁੱਕਿਆ ਤਿੰਨ ਆਏ ਸੀ ਇਹਨਾਂ ਨੇ ਪਹਿਲਾਂ ਹੀ ਮਤਲਬ ਕਿ ਛੱਕ ਗਏ ਇੰਨੇ ਇਹਨਾਂ ਨੇ ਭੁੱਖ ਲੱਗੀ ਆ ਹੁਣ ਆਪਾਂ ਖਾਂਦੇ ਹਾਂ ਟੇਸਟ ਕਰਦੇ ਕਿੱਦਾਂ ਦਾ ਨਿਊਟਰੀ ਦਾ ਤੇ ਕੁਲਚੇ ਦਾ ਤੇ ਮੂਲੀ ਦਾ ਤੇ ਚਟਨੀ ਦਾ ਕੰਬੀਨੇਸ਼ਨ ਬਹੁਤ ਸਵਾਦ ਹਨਾ ਲੋਕ ਆਪਣੀ ਯਾਰ ਪਾਓ ਭਾਜੀ ਵੀ ਆ ਚੁੱਕੀ ਮਤਲਬ ਕਿ ਪਾਓ ਭਾਜੀ ਆ ਚੁੱਕੀ ਹੈ ਹੁਣ ਆਹ ਖਾਂਦੇ ਹਾਂ ਪਲੇਟ ਉਹਦੀ ਕਰਾਈ ਸੀ ਨਿਊਟਰੀ ਦੀ ਉਹਦੀ ਟੇਸਟ ਕਰਨ ਵਾਸਤੇ ਹੁਣ ਆਪਾਂ ਵੀ ਟੇਸਟ ਕਰਦੇ ਹਾਂ ਮਤਲਬ ਕਿ ਮੈਨੇ ਮੂੰਹ 'ਚ ਪਾਣੀ ਆਉਂਦਾ ਕਿ ਨਹੀਂ ਸੱਚੀ ਦੱਸੀ ਮੂੰਹ 'ਚ ਪਾਣੀ ਆਉਂਦਾ ਕਿ ਨਹੀਂ ਮੈਂ ਖਾਣ ਨਹੀਂ ਦੇਣਾ ਸੀ ਮੈਂ ਕਿਹਾ ਵਲੋਗ ਕਰਨ ਦੇ ਚੱਲ ਖਾ ਲਾ ਹਾਂ ਚਲੋ ਯਾਰ ਖਾਓ ਹੁਣ ਟੇਸਟ
ਮੁੰਡਿਆਂ ਨੇ ਚਟਮ ਚਟ ਕਰਤੀਆਂ ਜੇ ਪਲੇਟਾਂ ਮੋਬਾਈਲ ਫੜੀਏ ਯਾਰ ਚੱਲੀਏ ਹੁਣ ਬਹੁਤ ਸਵਾਦ ਹੈ।